ਗਗਨਦੀਪ ਸਿੰਘ ਦੇ ਮਲੇਰਕੋਟਲਾ ਤੋਂ ਹੈ ਜੋ ਕਲੈਪ ਕਰੋ ਜੀ ਆਜੋ ਐਂਡ ਪੇਪਰ 1 ਦੇ ਦੋ ਸਟੂਡੈਂਟ ਹੈ ਜਿਨ੍ਹਾਂ ਨੇ ਸੇਮ ਮਾਰਕਸ ਹੋਰ ਸਕੋਰ ਕੀਤੇ ਹੈ ਉਹ 78-78 ਅੰਕਿਤਾ ਤੁਹਾਡਾ ਲਾਸਟ ਟਾਈਮ ਤੁਹਾਡੇ ਕਿੰਨੇ ਮਾਰਕਸ ਸੀ 106 ਔਰ ਅਮਨਦੀਪ ਸਿੰਘ ਐਕਟੀ ਤਾਂ ਇਹਨਾਂ ਲਈ ਸਾਰੇ ਜਣੇ ਬਹੁਤ ਸਾਰੇ ਜਣੇ ਕਲੈਪ ਕਰੋਗੇ ਅਮਨਦੀਪ ਸਿੰਘ ਲਈ 78 ਮਾਰਕਸ ਹੈ ਲਾਸਟ ਵਾਰੀ ਲਾਸਟ ਟਾਈਮ ਕਿੰਨੇ ਸੀ ਹਾਂ 71 ਚਲੋ ਅਗਲਾ ਸਟੂਡੈਂਟ ਦਾ ਨਾਮ ਹੈ ਜਿਹੜਾ ਮੈਥ ਸਾਇੰਸ ਦੇ ਦੇਖੋ ਜੀ ਮੈਥ ਸਾਇੰਸ ਦੇ ਸਟੂਡੈਂਟਸ ਦੇ ਵਿੱਚੋਂ ਤੇਜਿੰਦਰ ਸਿੰਘ ਦੇ 65 ਮਾਰਕਸ ਹੈ ਠੀਕ ਹੈ ਜੀ ਆ ਜਾਓ ਔਰ ਇਹਨਾਂ ਨੂੰ ਘੱਟ ਬਸ 10 ਕੁ ਦਿਨ ਹੋਏ ਆ ਪੜਦਿਆਂ ਨੂੰ ਫਿਰ ਵੀ ਉਹ ਮਾਰਕਸ ਸਕੋਰ ਕਰ ਗਏ ਤਾਂ ਬੜੀ ਵੱਡੀ ਗੱਲ ਹੈ ਬਟ ਇਹਨਾਂ ਦਾ ਬੈਕਗਰਾਉਂਡ ਕੀ ਹੈ ਸਾਇੰਸ ਹੈ ਤਾਂ ਉਹਦੇ ਲਈ ਇਹਨਾਂ ਨੂੰ ਬਹੁਤ ਬੈਨੀਫਿਟ ਵੀ ਹੋਇਆ ਇਸ ਚੀਜ਼ ਦੇ ਲਈ ਕਮਲ ਇੱਥੇ ਪੀਐਸਟੈਟ ਯੂਨੀਅਨ ਦੇ ਵੈਸੇ ਮੈਂਬਰ ਬੈਠੇ ਹੋਏ ਤਾਂ ਇਹਨਾਂ ਦੀ ਸ਼ਿਕਾਇਤ ਹੁੰਦੀ ਹੈ ਸਟੂਡੈਂਟ ਪ੍ਰੋਟੈਸਟ 'ਤੇ ਨਹੀਂ ਆਉਂਦੇ ਤਾਂ ਸਟੂਡੈਂਟ ਮੌਕ ਟੈਸਟ 'ਤੇ ਨਹੀਂ ਆਉਂਦੇ ਜਦੋਂ ਪੇਪਰ ਦੀ ਅਨਾਊਂਸਮੈਂਟ ਨਹੀਂ ਹੈ ਤਾਂ ਇੱਕ ਛੋਟੀ ਜਿਹੀ ਗੱਲ ਹੈ ਤਾਂ ਦੇਖੋ ਮੰਨਦੇ ਹਾਂ ਕਿ ਪੇਪਰ ਨਹੀਂ ਹੈ ਤਾਂ ਇਸ ਚੀਜ਼ ਨੂੰ ਵੀ ਥੋੜ੍ਹਾ ਧਿਆਨ ਵਿੱਚ ਰੱਖ ਕੇ ਚੱਲਣਾ ਪਊਗਾ ਸਟੂਡੈਂਟਸ ਨੂੰ ਕਿ ਟਾਈਮ ਵੀ ਇਹੀ ਆਪਣੇ ਆਪ ਨੂੰ ਜੱਜ ਕਰਨ ਦਾ ਠੀਕ ਹੈ ਆਪਣੀ ਗਲਤੀਆਂ ਨੂੰ ਓਵਰਕਮ ਕਰਨ ਦਾ ਤਾਂ ਇਸ ਚੀਜ਼ ਨੂੰ ਥੋੜ੍ਹਾ ਧਿਆਨ ਵਿੱਚ ਰੱਖਦੇ ਹੋਏ ਚੱਲੋ ਬਾਕੀਆਂ ਨੂੰ ਸਭ ਨੂੰ ਇਹੀ ਮੈਸੇਜ ਇਸ ਟਾਈਮ 'ਤੇ ਕਿ ਜੇ ਇਸ ਟਾਈਮ ਆਪਣੀ ਗਲਤੀਆਂ 'ਤੇ ਓਵਰਕਮ ਨਾ ਕੀਤਾ ਜਦੋਂ ਪੇਪਰ ਆਉਂਦਾ ਹੈ ਤਾਂ ਮਸੇ 35-40-45 ਦਿਨ ਮਿਲਦੇ ਜੋ ਕਿ ਬਹੁਤ ਹੀ ਗਲਤ ਸਮਾਂ ਹੁੰਦਾ ਆਪਣੇ ਲਈ ਉਸ ਟਾਈਮ 'ਤੇ ਆਪਣੀ ਲਈ ਇਹਨਾਂ ਚੀਜ਼ਾਂ ਨੂੰ ਦੇਖਣਾ ਸਰ ਇੱਦਾਂ ਦੀ ਗੱਲ ਨਹੀਂ ਹੈ ਮੈਂ ਹੁਣੇ ਅਟੈਂਡੈਂਸ ਲਿਸਟ ਚੈੱਕ ਕਰਕੇ ਆਈ ਹਾਂ 35 ਸਟੂਡੈਂਟ ਸਰ ਨਹੀਂ ਆਏ 35 ਸਟੂਡੈਂਟਸ ਨੇ ਰਜਿਸਟ੍ਰੇਸ਼ਨ ਕਰਾ ਕੇ ਨਹੀਂ ਆਏ 35 ਸਟੂਡੈਂਟ ਕੋਈ ਕਹਿਣਾ ਚਾਹ ਰਿਹਾ ਸੀਗਾ ਕਿ ਇੱਕ ਤਾਂ ਹੁੰਦਾ ਨਾ ਕਿ ਕਈਆਂ ਦੇ ਵਿੱਚੋਂ ਫੀਸ ਵੀ ਭਰੀ ਆ ਨਾ ਸਰ ਓਵਰਆਲ ਉਹਦੇ ਜੋ 30 ਸਟੂਡੈਂਟ ਨੇ ਫੀਸ ਭਰੀ ਹੋਈ ਹੈ 5 ਸਟੂਡੈਂਟ ਕਿਉਂਕਿ ਗਵਰਨਮੈਂਟ 2.5 ਸਾਲ ਤੋਂ ਪੇਪਰ ਨਹੀਂ ਅਨਾਉਂਸ ਕਰ ਪਾ ਰਹੀ ਹੈ ਸ਼ਾਇਦ ਇਹ ਉਸ ਰੀਜ਼ਨ ਕਰਕੇ ਟੀਚਿੰਗ ਦੇ ਵਿੱਚ ਧਿਆਨ ਨਹੀਂ ਦਿੱਤਾ ਜਾ ਰਿਹਾ ਸ਼ਾਇਦ ਉਸ ਰੀਜ਼ਨ ਕਰਕੇ ਇਹ ਸਟੂਡੈਂਟ ਅੱਜ ਆਪਣੇ ਜੇ ਮੋਕ ਟੈਸਟ ਦੇਣ ਪਹੁੰਚੇ ਹੋਏ ਨੇ ਅਤੇ ਰਾਜ ਕੀ ਨਾਮ ਆਪਣਾ ਮੇਰਾ ਨਾਮ ਅੰਕਿਤ ਹੈ ਮੈਂ ETT ਫਸਟ ਪੇਪਰ ਦਿੱਤਾ ਫਸਟ ਲੈਵਲ ਦਾ ਅਤੇ ਬਹੁਤ ਅੱਛਾ ਪੇਪਰ ਹੋਇਆ ਅਤੇ ਲੈਵਲ ਇਸ ਵਾਰ ਥੋੜ੍ਹਾ ਡਿਫੀਕਲਟ ਸੀਗਾ ਮਤਲਬ ਐਗਜ਼ਾਮ ਟਾਈਪ ਲੈਵਲ ਸੀਗਾ ਅਤੇ ਬਹੁਤ ਅੱਛਾ ਲੱਗਿਆ ਔਫਲਾਈਨ ਆ ਕੇ ਅਤੇ ਟਾਈਮ ਪ੍ਰੀਪਰੇਸ਼ਨ ਦਾ ਵੀ ਪਤਾ ਲੱਗਦਾ ਟਾਈਮ ਕਿਵੇਂ ਕੰਜ਼ਿਊਮ ਕਰਨਾ ਹੈ ਹਰ ਸਬਜੈਕਟ 'ਚ ਕਿਵੇਂ ਕਿਵੇਂ ਕਿੰਨਾ ਟਾਈਮ ਸੇਵ ਕਰਨਾ ਐਂਡ 'ਤੇ ਸਾਰੀ ਆਨਸਰ ਕੀ ਚੈੱਕ ਕਰਨੀ ਅਤੇ ਤੁਹਾਨੂੰ ਮੋਕ ਟੈਸਟ ਦੇ ਕੇ ਕੀ ਲੱਗ ਰਿਹਾ ਵੀ ਆਪਣੀ ਤਿਆਰੀ ਦਾ ਪੱਧਰ ਕਿੰਨਾ ਕੁ ਹੈ ਹਲੇ ਤਿਆਰੀ ਹੋਰ ਕਰਨ ਦੀ ਲੋੜ ਹੈ ਹਲੇ ਘੱਟ ਹੈ ਤਿਆਰੀ ਤੇ ਟਾਈਮ ਮੈਨੇਜਮੈਂਟ ਹੋ ਗਿਆ ਸੀ ਟਾਈਮ ਮੈਨੇਜਮੈਂਟ ਹੋ ਗਿਆ ਸੀ ਟਾਈਮ ਮੈਨੇਜਮੈਂਟ ਦੀ ਕਮੀ ਜੀ ਕਹਿੰਦੇ ਕਿ ਪੇਪਰ ਦੇ ਵਿੱਚ ਬੱਚੇ ਕਹਿੰਦੇ ਆ ਕਿ ਮੇਰਾ ਤਾਂ ਪੇਪਰ ਰਹਿ ਗਿਆ ਪੇਪਰ ਪੂਰਾ ਹੀ ਨਹੀਂ ਹੋਇਆ ਜਦੋਂ ਆਪਾਂ ਫਾਈਨਲ ਐਗਜ਼ਾਮ ਦੇਣ ਜਾਂਦੇ ਹਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਿਹੜੀ ਕਮੀ ਦੇਖਣ ਨੂੰ ਮਿਲਦੀ ਹੈ ਉਹ ਪੈਰਾਗ੍ਰਾਫ 'ਤੇ ਵੀ ਜ਼ਿਆਦਾ ਟਾਈਮ ਲਾ ਦਿੰਦੇ ਆ ਇੱਕ ਮੈਥ 'ਤੇ ਜ਼ਿਆਦਾ ਟਾਈਮ ਲੱਗਦਾ ਮਤਲਬ ਉਹਨਾਂ ਨੂੰ ਕੈਲਕੂਲੇਸ਼ਨ 'ਤੇ ਬਹੁਤ ਜ਼ਿਆਦਾ ਟਾਈਮ ਲਗਾ ਦਿੰਦੇ ਤਾਂ ਕਰਕੇ ਉਹਨਾਂ ਦਾ ਪੇਪਰ ਲੇਟ ਹੁੰਦਾ ਅਤੇ ਟਾਈਮ ਕੰਜ਼ਿਊਮ ਨਹੀਂ ਕਰਦੇ ਮਤਲਬ ਇੱਕ ਸਬਜੈਕਟ 'ਤੇ ਹੀ ਬੈਠੇ ਰਹਿੰਦੇ ਆ ਹੁਣ ਤੁਸੀਂ ਮੋਕ ਟੈਸਟ ਦੇ ਕੇ ਕੀ ਐਕਸਪੀਰੀਅੰਸ ਸਾਂਝਾ ਕਰਨਾ ਚਾਹੋਗੇ ਵੀ ਆਪਾਂ ਕੀ ਸਿੱਖ ਰਹੇ ਇੱਕ ਮੋਕ ਟੈਸਟ ਤੋਂ ਆਪਾਂ ਨੂੰ ਕੀ ਆਪਦੀਆਂ ਮਿਸਟੇਕ ਦਾ ਪਤਾ ਲੱਗ ਰਿਹਾ ਇੱਕ ਤਾਂ 2 ਰਾਊਂਡ ਸਰਕਲ ਨਹੀਂ ਕਰਨੇ ਕੋਈ ਵੀ ਕੁਸ਼ਚਨ 'ਤੇ ਠੀਕ ਹੈ ਅਤੇ ਕੁਸ਼ਚਨ ਨੂੰ ਵਧੀਆ ਮੈਨਰਸ ਨਾਲ ਕਰਨਾ ਮਤਲਬ 10-10 ਕੁਸ਼ਚਨਸ ਕਰਕੇ ਕਰ ਲਓ ਜਾਂ ਜਿਵੇਂ ਵੀ ਜਾਂ ਉਸ ਤੋਂ ਪਹਿਲਾਂ ਸਾਰੇ ਕੁਸ਼ਚਨਸ ਦੇ ਆਨਸਰ ਉਸ 'ਤੇ ਕੁਸ਼ਚਨ ਪੇਪਰ 'ਤੇ ਟਿੱਕ ਕਰ ਲਓ ਉਦੋਂ ਬਾਅਦ ਮੋਕ ਟੈਸਟ 'ਤੇ 10-10 ਕਰਕੇ ਫਿਲ ਕਰ ਲਓ
ਓਕੇ ਜੀ ਅੰਕਿਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਵਾਰ ਵੀ ਸ਼ਾਇਦ ਤੁਹਾਡਾ ਰੈਂਕ ਰਿਹਾ, ਕੌਣ ਸਾ ਰੈਂਕ ਆ ਤੁਹਾਡਾ? ਸੈਕੰਡ ਰੈਂਕ ਰਿਹਾ ਹੈ। ਵੈਰੀ ਗੁੱਡ ਜੀ, ਇਹਨਾਂ ਨੇ ਪਹਿਲਾਂ ਵੀ ਸ਼ਾਇਦ ਤੁਸੀਂ ਮੌਕ ਟੈਸਟ ਦਿੱਤਾ ਸੀਗਾ? ਹਾਂਜੀ, ਉਸ ਤੇ ਫਸਟ ਰੈਂਕ ਰਿਹਾ ਸੀਗਾ, 106 ਨੰਬਰ ਆਏ ਸੀ। ਵੈਰੀ ਗੁੱਡ ਜੀ, ਸ਼ਾਬਾਸ਼, ਬੈਸਟ ਆਫ ਲੱਕ।